ਤਾਂ ਜੀ ਤੁਹਾਡਾ ਸਾਰਿਆਂ ਦਾ ਹਮੇਸ਼ਾ ਦੀ ਤਰ੍ਹਾਂ ਅੱਜ ਆਪਾਂ ਪੰਜਾਬੀ ਦੇ ਅਗਲੇ ਪ੍ਰਸ਼ਨ 549 ਤੋਂ ਕਰ ਰਹੇ ਹਾਂ ਜੀ। ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਹੈ ਕਿ ਸੰਸਕ੍ਰਿਤ ਵਿਦਵਾਨਾਂ ਅਨੁਸਾਰ ਸਾਹਿਤ ਦੇ ਜ਼ਰੂਰੀ ਤੱਤ ਹਨ ਸਤਿਅਮ, ਸ਼ਿਵਮ, ਸੁੰਦਰਮ। ਇਤਿਹਾਸ ਵਿਗਿਆਨ ਜੋ ਸਾਹਿਤ ਰੂਪਾਂ ਵਿੱਚ ਗਿਣੇ ਜਾਂਦੇ ਹਨ ਪਾਠਕ ਦੇ ਕਿਸ ਪੱਖ ਦੀ ਪੂਰਤੀ ਨਹੀਂ ਕਰਦੇ? ਇਹ ਸਾਨੂੰ ਸੋਝ ਸਵਾਦ ਨਹੀਂ ਦਿੰਦੇ। ਇਤਿਹਾਸ ਵਿਗਿਆਨ, ਜਦੋਂ ਅਸੀਂ ਕੋਈ ਕਹਾਣੀ ਪੜ੍ਹਦੇ ਹਾਂ, ਨਾਵਲ ਪੜ੍ਹਦੇ ਹਾਂ, ਸਾਨੂੰ ਇੱਕ ਆਨੰਦ ਮਿਲਦਾ, ਸੋਝ ਸਵਾਦ ਮਿਲਦਾ, ਇਹ ਸਾਨੂੰ ਇਤਿਹਾਸ ਵਿਗਿਆਨ ਵਿੱਚ ਨਹੀਂ ਮਿਲਦਾ। ਅਤੇ ਇਸੇ ਸਹਿਜ ਸਵਾਦ ਕਰਕੇ ਤੁਸੀਂ ਹੋ ਲਿਟਰੇਚਰ ਦੇ ਸਟੂਡੈਂਟ, ਤੁਹਾਨੂੰ ਪਤਾ ਇਹ ਹੁੰਦਾ ਹੈ। ਵਿਆਕਰਨ ਦੇ ਪੱਖੋਂ ਸਾਹਿਤ ਦਾ ਕਿਹੜਾ ਰੂਪ ਸ਼ੁੱਧ ਮੰਨਿਆ ਜਾਂਦਾ ਹੈ ਜਾਂ ਸ਼ੁੱਧ ਹੁੰਦਾ ਹੈ? ਵਾਰਤਕ ਸ਼ੁੱਧ ਹੁੰਦੀ ਹੈ ਜੀ। ਕਿਰਤਾਂ ਨੂੰ ਲਿਖਣ ਵੇਲੇ ਤੋਲ ਤਕਾਂਤ ਉੱਤੇ ਪੂਰਾ ਉਤਰਨ ਦੇ ਲਈ ਸ਼ਬਦਾਂ ਨੂੰ ਤਰੋੜਨਾ ਮਰੋੜਨਾ ਪੈਂਦਾ ਹੈ, ਅਤੇ ਪਰ ਵਾਰਤਕ ਵਿੱਚ ਅਜਿਹਾ ਨਹੀਂ ਹੁੰਦਾ। ਵਾਰਤਕ ਰਚਨਾ ਵਿੱਚ ਕਿਰਤਾਂ ਦੇ ਮੁਕਾਬਲੇ ਕਿਹੜਾ ਤੱਤ ਪ੍ਰਧਾਨ ਹੁੰਦਾ ਹੈ? ਕਿਰਤਾਂ ਵਿੱਚ ਤਾਂ ਸਾਨੂੰ ਪਤਾ ਕਿ ਭਾਵ ਤੱਤ ਮੁੱਖ ਹੁੰਦਾ ਹੈ, ਪਰ ਵਾਰਤਕ ਦੇ ਵਿੱਚ ਹੁੰਦਾ ਬੁੱਧੀ ਤੱਤ, ਬੁੱਧੀ ਅਤੇ ਦਲੀਲਾਂ ਦੀ ਪ੍ਰਧਾਨਤਾ ਹੁੰਦੀ ਹੈ। ਕਿਰਤਾਂ ਦੇ ਮੁੱਖ ਤੱਤ ਕਿੰਨੇ ਹਨ? ਚਾਰ ਤੱਤ ਹੈ ਕਿਰਤਾਂ ਦੇ। ਮੁੱਖ ਤੱਤ ਪੁੱਛਿਆ ਜੀ, ਕੁੱਲ ਨਹੀਂ ਲਿਖਿਆ ਹੋਇਆ। ਕਿਰਤਾਂ ਦੇ ਜੋ ਮੁੱਖ ਤੱਤ ਹੁੰਦੇ ਆ, ਇਹ ਹੁੰਦੇ ਆ ਪਹਿਲਾ ਭਾਵ ਤੱਤ, ਫਿਰ ਕਲਪਨਾ ਤੱਤ, ਫਿਰ ਬੁੱਧੀ ਤੱਤ ਵੀ ਹੁੰਦਾ ਆਪਣਾ ਕਿਰਤਾਂ ਦੇ ਵਿੱਚ, ਅਤੇ ਅਗਲਾ ਹੈ ਸ਼ੈਲੀ ਤੱਤ। ਸਫ਼ਰਨਾਮਾ ਅਤੇ ਖੋਜ ਪ੍ਰਬੰਧ ਸਾਹਿਤ ਦੇ ਕਿਸ ਰੂਪ ਵਿੱਚ ਰੱਖੇ ਜਾਂਦੇ ਹਨ? ਸਫ਼ਰਨਾਮਾ ਹੋ ਗਿਆ, ਜੀਵਨੀ, ਸਵੈ ਜੀਵਨੀ, ਖੋਜ ਪ੍ਰਬੰਧ, ਇਹ ਸਾਰੇ ਵਾਰਤਕ ਦੇ ਵਿੱਚ ਆ ਜਾਂਦੇ ਹਨ। ਪੰਜਾਬੀ ਭਾਸ਼ਾ ਵਿੱਚ ਸਾਹਿਤ ਦਾ ਕਿਹੜਾ ਕਾਵਿ ਰੂਪ ਪਹਿਲਾਂ ਹੋਂਦ ਵਿੱਚ ਆਇਆ? ਪੰਜਾਬੀ ਹੋਵੇ ਚਾਹੇ ਕੋਈ ਵੀ ਹੋਰ ਭਾਸ਼ਾ ਪੁੱਛ ਲੈਣ, ਚਾਹੇ ਪੂਰੀ ਦੁਨੀਆ ਦਾ ਪੁੱਛਿਆ ਜਾਵੇ, ਪਹਿਲਾਂ ਕਾਵਿ ਰੂਪ ਹੀ ਪਹਿਲਾਂ ਹੋਂਦ ਵਿੱਚ ਆਇਆ, ਬਾਅਦ ਦੇ ਵਿੱਚ ਵਾਰਤਕ ਲਿਖੀ ਜਾਣ ਲੱਗੀ ਹੈ। ਡਾਕਟਰ ਤਰਲੋਚਨ ਸਿੰਘ ਬੇਦੀ ਅਨੁਸਾਰ ਪੰਜਾਬੀ ਵਾਰਤਕ ਦਾ ਆਰੰਭ ਕਦੋਂ ਸ਼ੁਰੂ ਹੋਇਆ? ਤਰਲੋਚਨ ਸਿੰਘ ਬੇਦੀ 13ਵੀਂ ਅਤੇ 14ਵੀਂ ਸਦੀ ਤੋਂ ਮੰਨਦੇ ਆ ਜੀ ਪੰਜਾਬੀ ਵਾਰਤਕ ਦਾ ਆਰੰਭ। ਨੋਟ ਇਹਨਾਂ ਦਾ ਇਹ ਸੀ ਕਿ ਇਹਨਾਂ ਨੇ ਇੱਕ ਪੁਸਤਕ ਦੀ ਖੋਜ ਕੀਤੀ ਸੀ, ਏਕਾਦਸੀ ਮਹਾਤਮ, ਉਸੇ ਦੇ ਆਧਾਰ 'ਤੇ ਇਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਵਾਰਤਕ 13ਵੀਂ 14ਵੀਂ ਸਦੀ ਤੋਂ ਸ਼ੁਰੂ ਹੋਈ ਹੈ। ਜਾਂ ਇਹ ਵੀ ਪੁੱਛਿਆ ਜਾ ਸਕਦਾ ਜੀ ਕਿ ਜੋ ਇਹਨਾਂ ਨੇ ਪੁਸਤਕ ਦਾ ਸਾਨੂੰ ਚਾਨਣਾ ਪਾਇਆ ਇਕਾਦਸੀ ਮਹਾਤਮ, ਉਹ ਕਿਹੜੀ ਸਦੀ ਦੀ ਹੈ? ਫਿਰ ਅਸੀਂ ਲਿਖਾਂਗੇ 13ਵੀਂ 14ਵੀਂ ਸਦੀ ਦੀ। ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਪੰਜਾਬੀ ਵਾਰਤਕ ਦੀ ਸ਼ੁਰੂਆਤ ਕਦੋਂ ਤੋਂ ਮੰਨਦੇ ਹਨ? ਇਹ ਜ਼ਿਆਦਾ ਮੰਨਿਆ ਜਾਣ ਵਾਲਾ ਮਤ ਹੈ ਜੀ, 15ਵੀਂ ਅਤੇ 16ਵੀਂ ਸਦੀ ਤੋਂ ਮੰਨਦੇ ਆ। ਅਤੇ ਨੋਟ ਇਹੀ ਹੈ ਕਿ ਇਹ ਮੰਨਦੇ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜੋ ਧਾਰਮਿਕ ਪੁਸਤਕਾਂ ਲਿਖੀਆਂ ਜਾਣ ਲੱਗੀਆਂ ਉੱਥੋਂ ਹੋਇਆ 15ਵੀਂ 16ਵੀਂ ਸਦੀ ਤੋਂ ਪੰਜਾਬੀ ਵਾਰਤਕ ਦਾ ਜਨਮ। ਪੰਜਾਬੀ ਵਾਰਤਕ ਦੀ ਨੀਂਹ ਕਿਸ ਪੁਸਤਕ ਤੋਂ ਬੱਝੀ ਹੈ? ਨੀਂਹ ਪੁੱਛਿਆ ਜੀ, ਇਹ ਨਹੀਂ ਤੁਹਾਨੂੰ ਦੱਸ ਰਿਹਾ ਕਿ ਪਹਿਲੀ ਪੁਸਤਕ ਕਿਹੜੀ ਹੈ। ਪੰਜਾਬੀ ਵਾਰਤਕ ਦੀ ਨੀਂਹ ਬੰਨ੍ਹੀ ਜਾਂਦੀ ਹੈ ਏਕਾਦਸੀ ਮਹਾਤਮ ਤੋਂ। ਪੰਜਾਬੀ ਵਾਰਤਕ ਕਿਸ ਸਾਹਿਤ ਰੂਪ ਤੋਂ ਸ਼ੁਰੂ ਹੁੰਦੀ ਹੈ? ਪੰਜਾਬੀ ਵਾਰਤਕ ਹੈ ਇਹ ਹੁੰਦੀ ਹੈ ਧਾਰਮਿਕ ਸਾਹਿਤ ਤੋਂ ਸ਼ੁਰੂ। ਧਰਮ ਦੀਆਂ ਚਰਚਾ ਦੀਆਂ ਗੱਲਾਂ ਜੋ ਵਾਰਤਕ ਦੇ ਵਿੱਚ ਲਿਖੀਆਂ ਜਾਣ ਲੱਗੀਆਂ ਬਾਬੇ ਨਾਨਕ ਤੋਂ ਬਾਅਦ ਉਹਨਾਂ ਦੇ ਜੀਵਨ ਨਾਲ ਸੰਬੰਧਿਤ, ਉਹਨੇ ਜਨਮ ਦਿੱਤਾ ਪੰਜਾਬੀ ਵਾਰਤਕ ਨੂੰ। ਪੰਜਾਬੀ ਗਦ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਸ਼ਰਧਾ ਰਾਮ ਫਲੋਰੀ ਨੂੰ। ਠੀਕ ਹੈ ਜੀ, ਜੋ ਵਾਰਤਕ ਸਾਹਿਤ ਆ ਸਾਡਾ, ਉਹਦਾ ਪਿਤਾ ਸ਼ਰਧਾ ਰਾਮ ਫਲੋਰੀ ਨੂੰ ਕਿਹਾ ਜਾਂਦਾ। ਸਿੱਖਾਂ ਦੇ ਰਾਜ ਦੀ ਵਿੱਥਿਆ ਪੁਸਤਕ ਦਾ ਰਚਨਾ ਸਮਾਂ ਕੀ ਹੈ?
ਪਹਿਲਾਂ ਸਿੱਖਾਂ ਦੇ ਰਾਜ ਦੀ ਵਿੱਥਿਆ ਪੁਸਤਕ ਹੈ ਸ਼ਰਧਾ ਰਾਮ ਫਲੋਰੀ ਦੀ, ਇਹ ਲਿਖੀ ਸੀ 1866 ਦੇ ਵਿੱਚ। ਇਸ ਤੋਂ ਬਿਨਾਂ ਇੱਕ ਪੁਸਤਕ ਹੋਰ ਯਾਦ ਰੱਖੋ ਤੁਸੀਂ ਕਿ 1875 ਦੇ ਵਿੱਚ ਲਿਖੀ ਸੀ, ਪੰਜਾਬੀ ਬਾਤਚੀਤ। ਠੀਕ ਆ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।